ਸਤਿਕਾਰ ਜੀ, ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਔਲਖ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਲਾਈਵ ਹੋ ਕੇ ਵੀ ਤੁਹਾਡੇ ਨਾਲ ਆਪਣੇ ਪੇਜ ਤੋਂ ਜਾਂ ਆਪਣੇ ਚੈਨਲ ਤੋਂ, ਬਾਕੀ ਦਾ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ ਦੇ ਸੰਬੰਧ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਤੁਸੀਂ ਸਵਾਲ ਜਵਾਬ ਵੀ ਕਰਦੇ ਰਹਿੰਦੇ ਹੋ, ਅਸੀਂ ਜਿੰਨੇ ਕੁ ਜਵਾਬ ਦਿੱਤੇ ਜਾਂਦੇ ਨੇ ਦਿੰਦੇ ਹਾਂ। ਤੁਹਾਡਾ ਗਿਲਾ ਸ਼ਿਕਵਾ ਵੀ ਸਾਡੇ ਨਾਲ ਹੁੰਦਾ ਹੈ ਕਿ ਤੁਸੀਂ ਸਾਡਾ ਫੋਨ ਨਹੀਂ ਚੱਕਦੇ, ਕੀ ਕਰੀਏ, ਜ਼ਿੰਦਗੀ ਬਿਜੀ ਹੈ ਨਹੀਂ। ਤੁਹਾਨੂੰ ਪਤਾ ਕਿ ਸਾਡੇ ਕੋਲ ਸ਼ਰਾਬ ਛੱਡਣ ਦੀ, ਕੋਈ ਵੀ ਬੰਦਾ ਵੈਸੇ ਨਸ਼ਾ ਕਰਦਾ, ਕੋਈ ਵੀ ਨਸ਼ਾ ਕਰਦਾ, ਨਸ਼ੇ ਛੱਡਣ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ। ਅੱਜ ਮੈਂ ਨੌਜਵਾਨ ਵੀਰ ਬਹੁਤ ਮਿਲਦੇ ਆ, ਆਉਂਦੇ ਆ, ਉਹ ਕਹਿੰਦੇ ਜੀ ਸੁਪਨ ਦੋਸ਼ ਹੋ ਰਿਹਾ। ਸੁਪਨੇ ਦੇ ਵਿੱਚ ਜਿਹੜਾ ਦੋਸ਼ ਹੋ ਜਾਣਾ, ਸੁਪਨ ਦੋਸ਼ ਹੋ ਜਾਂਦਾ ਹੈ, ਉਹਦੇ ਨਾਲ ਸਾਡੇ ਕੱਪੜੇ ਗੰਦੇ ਹੋ ਜਾਂਦੇ ਆ। ਉਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਨੁਕਤਾ ਲਿਖਾਉਣ ਲੱਗਿਆ, ਇਹਨੂੰ ਧਿਆਨ ਦੇ ਨਾਲ ਲਿਖ ਲਓ, ਉਹਨੂੰ ਬਣਾ ਕੇ ਘਰੇ ਖਾਓ, ਮੁੜ ਕੇ ਤੁਹਾਡਾ ਸੁਪਨ ਦੋਸ਼ ਨਹੀਂ ਹੋਊਗਾ। ਸਫੈਦ ਮੂੰਗਫਲੀ 50 ਗ੍ਰਾਮ, ਕਿੱਕਰ ਫੜੀ 50 ਗ੍ਰਾਮ, ਜਿਹਨੂੰ ਤੁੱਕੇ ਵੀ ਕਿਹਾ ਜਾਂਦਾ ਹੈ, ਔਰ ਸੰਗ ਜਰਾਹਤ 50 ਗ੍ਰਾਮ, ਲੌਂਗ ਪਠਾਣੀ 50 ਗ੍ਰਾਮ, ਮੋਤੀ ਪਿਸ਼ਟੀ 5 ਗ੍ਰਾਮ। ਮੋਤੀ ਪਿਸ਼ਟੀ ਥੋੜ੍ਹੀ ਮਹਿੰਗੀ ਹੁੰਦੀ ਹੈ, ਇਹ 5 ਗ੍ਰਾਮ ਲੈ ਲਓ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਦੱਸੀਆਂ, ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਛਾਣ ਕੇ ਰਲਾ ਲਓ। ਮੋਤੀ ਪਿਸ਼ਟੀ ਤਾਂ ਪਹਿਲੇ ਪੀਸੀ ਪਸਾਈ ਹੁੰਦੀ ਹੈ, ਮਿਕਸ ਕਰਕੇ ਫਿਰ ਛਾਣ ਲਓ ਇੱਕਦਮ, ਤਾਂ ਕਿ ਇੱਕ ਜਾਨ ਹੋ ਜਾਏ, ਕਿਸੇ ਡੱਬੇ 'ਚ ਪਾ ਕੇ ਰੱਖ ਲਓ। ਇਹਦਾ ਅੱਧਾ ਅੱਧਾ ਚਮਚਾ ਸ਼ਾਮ ਸਵੇਰੇ ਉਸੇ ਜਿਹੇ ਦੁੱਧ ਨਾਲ ਲੈ ਲਓ। ਔਰ ਪਰਹੇਜ਼ ਵਾਸਤੇ ਦਾ ਇਹ ਹੈ ਕਿ ਗਰਮ ਅਤੇ ਤਲੀਆਂ ਚੀਜ਼ਾਂ, ਖੱਟੀਆਂ ਚੀਜ਼ਾਂ ਬੰਦ ਨੇ, ਸ਼ਰਾਬ ਨਹੀਂ ਪੀਣੀ ਚਾਹੀਦੀ, ਉਹ ਵੀ ਬੰਦਾ ਗਰਮ ਹੁੰਦੀ ਹੈ, ਅਤੇ ਮੁੜ ਕੇ ਤੁਹਾਡਾ ਸੁਪਨ ਦੋਸ਼ ਨਹੀਂ ਹੋਊਗਾ। ਸੁਪਨ ਦੋਸ਼ ਦੇ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਨਿਗਾਹ ਘੱਟ ਜਾਂਦੀ ਹੈ, ਕਮਰ ਦੁਖਣ ਲੱਗ ਜਾਂਦੀ ਹੈ, ਜੋੜਾਂ ਦਰਦ ਹੁੰਦਾ ਹੈ, ਯਾਦ ਸ਼ਕਤੀ ਘੱਟ ਜਾਂਦੀ ਹੈ, ਔਰ ਦਿਮਾਗ ਕਈ ਵਾਰ ਨਹੀਂ ਕੰਮ ਕਰਦਾ, ਚਿੜਚਿੜਾਪਣ ਵੀ ਹੋ ਜਾਂਦਾ, ਬਹੁਤ ਜ਼ਿਆਦਾ ਕਮਜ਼ੋਰੀ ਹੁੰਦੀ ਹੈ, ਔਰ ਖਾਧਾ ਪੀਤਾ ਨਹੀਂ ਲੱਗਦਾ। ਇਹ ਸੀ ਸੁਪਨ ਦੋਸ਼ ਦਾ ਨੁਕਤਾ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਧੰਨਵਾਦ ਜੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ।